ਅਸਲਾਮੁਆਲੈਕਮ ਦੋਸਤੋ ਕਿਹਾ ਲੈ ਠੀਕੇ ਦੁਆਇ ਖਰੀਆ ਸੋ ਤੁਸਾ ਸਾਡਾ ਵੇਖਦੇ ਪਏ ਹੋ YouTube ਚੈਨਲ ਸ਼ਫਕਤ ਵਲੋਗ ਤੇ ਮੈਂ ਤੁਹਾਡਾ ਆਪਣਾ ਸ਼ਫਕਾ ਜੋ ਬਾਈ ਸਾਡੇ ਚੈਨਲ ਤੇ ਨਵੇਂ ਆਣ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬਰ ਬਟਨ ਦਬਾ ਲਓ ਨਾਲ ਬੈਲ ਆਈਕਨ ਦਾ ਬਟਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਹਰ ਆਉਣ ਵਾਲੀ ਸਾਡੀ ਵੀਡੀਓ ਤੁਹਾਡੇ ਤੇ ਜਲ ਜਲ ਪਹੁੰਚੇ ਕਿ ਜੈਸਾ ਕਿ ਤੁਹਾਨੂੰ ਪਹਿਲੇ ਪਤਾ ਹੈ ਇਹ ਪੋਲਟਰੀ ਦੇ ਟਾਪਿਕ ਹੈ ਪੋਲਟਰੀ ਦੇ ਮੁਤਲਕ ਚੈਨਲ ਹੈ ਤੇ ਅਸੀਂ ਪੋਲਟਰੀ ਬਾਰੇ ਸਾਰੀ ਮਾਲੂਮਾਤ ਦਿੰਨੇ ਆ ਤੇ ਸ਼ੁਰੂ ਕਰਦੇ ਆ ਜੀ ਆਪਣਾ ਟਾਪਿਕ ਸਾਡਾ ਅੱਜ ਦਾ ਟਾਪਿਕ ਇੱਕ ਭਾਈ ਦਾ ਸਵਾਲ ਆਇਆ ਯਾਰ ਪੱਖਿਆਂ ਦੀ ਕੈਲਕੂਲੇਸ਼ਨ ਸਾਨੂੰ ਲਾਣ ਦਾ ਦੱਸੋ ਜਨਾਬ ਪੱਖੇ ਕਿਸ ਟਾਈਮ ਦੇ ਕਿਸ ਤਰ੍ਹਾਂ ਲਾਉਣੇ ਚਾਹੀਦੇ ਨੇ ਤੇ ਇੱਕ ਬਾਈ ਹੋਰ ਦਾ ਸਵਾਲ ਸੀ ਭਾਈ ਜਾਨ ਜਿਹੜਾ ਇਹ ਪੂਰਾ ਕਿਸ حساب ਨਾਲ ਨਰਿੰਦਰ ਪਾਣਾ ਚਾਹੀਦਾ ਤੇ ਕਿੰਨਾ ਪਾਣਾ ਚਾਹੀਦਾ ਸ਼ੈਡ ਦੇ ਵਿੱਚ 3000 ਦੇ ਵਿੱਚ ਜਾਂ ਮੁxtarif ਸਵਾਲਾਂ ਨੂੰ ਦੋ ਤਿੰਨ ਤੇ ਕੋਸ਼ਿਸ਼ ਕਰਦੇ ਆਂ ਸਾਰੇ ਸਵਾਲਾਂ ਦੇ ਜਵਾਬ ਦੇਣੇ ਆ ਭਾਈ ਜਾਨ ਜਿਸਾ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਕਿ ਜਿਹੜਾ ਫਾਈਨ ਹੈ ਨਾ ਫਾਈਨ ਹਰ ਕੰਟਰੋਲ ਸ਼ੈਡ ਦੇ ਫਾਈਨ ਮੁxtarif ਲੱਗੇ ਹੁੰਦੇ ਆਂ ਕਿਸੇ ਤੇ ਮਲਟੀ ਫੈਨ ਲੱਗੇ ਹੁਣ ਕਿਸੇ ਕੋਨ ਫੈਨ ਲੱਗੇ ਹੁਣ ਕਿਸੇ ਚੈਨਾ ਦੇ ਲੱਗੇ ਹੁਣ ਕਿਸੇ ਬਿਗ ਆਰਟਸਮੈਨ ਦੇ ਲੱਗੇ ਹਨ ਹਰ ਫਾਈਂਡ ਦੀ ਆਪਣੀ ਆਪਣੀ ਕਪੈਸਿਟੀ ਹੈ ਹਰ ਫਾਈਂਡ ਦਾ ਆਪਣਾ ਆਪਣਾ ਕੁਲੀਆ ਹੈ ਲੇਕਿਨ ਕੁਲੀਆ ਇੱਕ ਹੀ ਹੈ ਲੇਕਿਨ ਵੈਲੋਸਟੀ ਆਪਣੀ ਆਪਣੀ ਥਰੋ ਜਿਹੜਾ ਪੱਖੇ ਦਾ ਥਰੋ ਹੁੰਦਾ ਉਹ ਹਰ ਪੱਖੇ ਦਾ ਥਰੋ ਅਲੱਗ-ਅਲੱਗ ਹੁੰਦਾ ਹੈ ਮੈਂ ਕਾਫੀ ਸਾਰੇ ਦੋਸਤਾਂ ਚੱਕਿਆ ਯਾਰ ਭਾਈ ਪੱਖੇ ਲੈਂਦੇ ਨੇ ਮੈਨੂਵਲ ਲਾ ਕੇ ਰਹੀਦੇ ਨੇ ਦੋ ਚਾਰ ਮੈਨੂਵਲ ਤੇ ਇੱਕ ਦਾ ਆਟੋ ਤੇ ਆਟਰ ਮੈਨੂਵਲ ਕਰੋ ਤੇ ਮੈਨੂਵਲ ਨੂੰ ਆਟੋ ਕਰਤੇ ਸਰਾ ਮੁxtਲਿਫ ਕਰਦੇ ਰਹਿੰਦੇ ਨੇ ਯਾਰ ਇਸੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ ਮੈਂ ਤੁਹਾਨੂੰ ਕਿ ਵੀ ਦੱਸਿਆ ਵੀਡੀਓ ਦੇ ਵਿੱਚ ਇਸ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੈ ਤੁਸੀਂ ਕੋਸ਼ਿਸ਼ ਕੀਤੀ ਕਰੋ ਯਾਰ ਪੱਖੇ ਜਿਹੜੇ ਨਾਲ ਆਟੋ ਲਾਇ ਕਰੋ ਕੰਟਰੋਲਰ ਕਿਸੇ ਚੀਜ਼ ਦਾ ਨਾ ਹੈ ਕੰਟਰੋਲ ਕਰਨਾ ਆਟੋ ਨਾ ਕਿ ਮੈਨੂਅਲ ਕੰਟਰੋਲ ਕਰਨਾ ਤੁਸੀਂ ਨੂੰ ਆਟੋ ਤੇ ਲਾਇਆ ਕਰੋ ਕੰਟਰੋਲਰ ਮੁxtਰਫ ਕਿਸਮ ਦੇ ਕਿ ਐਚਪੀ 40 ਕਹ ਪੁਰਾਣੇ ਦੌਰ ਦਾ ਕਿਸੇ ਮੇਰੇ ਦੋਸਤ ਚਲਾਇਆ ਹੋ ਤਾਂ ਸ਼ਾਇਦ ਉਹਨੂੰ ਯਾਦ ਹੋਵੇ ਲੇਕਿਨ ਸਾਨੂੰ ਯਾਦ ਐਚਪੀ 40 ਐਚਪੀ 40 ਐਚਪੀ 7 ਇਹ ਛੋਟੇ ਜਿਹੇ ਕੰਟਰੋਲਰ ਹੁੰਦੇ ਸੀ ਮੀਟਰ ਜਿਹੇ ਮੀਟਰ ਟਾਈਪ ਜਿਹਨਾਂ ਤੇ ਦੋ ਚਾਰ ਪੱਖੇ ਲੱਗਦੇ ਸੀ ਚਾਰ ਪੱਖੇ ਲੱਗਦੇ ਹਨ ਦੋ ਪੱਖੇ ਲੱਗਦੇ ਹਨ ਦੋ ਦੋ ਕਰਕੇ ਲੈਂਦੇ ਹਨ ਕਿਸੇ ਨੇ ਇੱਕ ਇੱਕ ਕਰਕੇ ਲੈਂਦੇ ਹਨ ਉਹ ਅੱਜਕੱਲ ਕਿਸੇ ਨੂੰ ਮਦਦ ਐਚਪੀ 40 ਕੰਟਰੋਲਰ ਦਾ ਪਤਾ ਅਸੀਂ ਪਤਾ ਹੀ ਕੋਈ ਨਹੀਂ ਉਸ ਬਾਜੀ TP HP 40 ਆ ਗਿਆ TP Link ਆ ਗਿਆ ਹੋਰ ਕਾਫੀ ਸਾਰੇ ਕੰਟਰੋਲਰ ਆ ਗਿਆ 16 18 14 18 22 24 26 ਮੁਸਤਲਫ ਵੈਰਾਈਟੀਆਂ ਦੇ ਕੰਟਰੋਲਰ ਆ ਗਿਆ ਤੇ ਮਾਸ਼ਾਅੱਲਾ ਜਿਹੜਾ ਸਾਡਾ ਤਬਕਾ ਨਾ ਪੋਲਟਰੀ ਦੇ ਵਿੱਚ ਨੜੇ ਨੇ ਪਰਸੈਂਟ ਪੜਿਆ ਲਿਖਿਆ ਗ੍ਰੈਜੂਏਟ ਤਬਕਾ ਹੈ ਮੇਰੀ ਤਰ੍ਹਾਂ ਸਾਰੇ ਪੜੇ ਹਨ ਬਾਜੀ ਪੋਲਟਰੀ ਦੇ ਵਿੱਚ ਟੋਟ ਟੋਟਲ ਟੋਟਲ ਜਿੰਨੇ ਵੀ ਲੜਕੇ ਕੰਮ ਕਰਦੇ ਜਿੰਨਾਂ ਦਾ ਮੇਰਾ ਤਰੀਕਾ ਸਾਰੇ तकरीबन ਅੱਲਾ ਹੀ ਹਾਫਿਜ਼ ਇਹਨਾਂ ਦਾ ਬਹੁਤ ਘੱਟ ਪੜੇ ਲਿਖੇ ਹੋ ਸੰਦੇ ਨਹੀਂ ਤੇ ਸਾਰੇ तकरीबन ਅਨਪੜ ਸੁਪਰਵਾਈਜ਼ਰ ਹੀ ਅਨਪੜ ਵਿੱਚ ਵਿੱਚ ਮੈਂ ਤੱਕੇ ਕੋ ਦੋ ਪੜਿਆ ਕੋ ਚਾਰ ਕੋ ਪੰਜ 6 8 ਚੰਦ ਇੱਕ ਦੋਸਤ ਇਹਨਾਂ ਮੈਂ ਜਾਣਨਾ ਜਿਨ੍ਹਾਂ ਦੀ میٹرਿਕ تعلیم ਹੈ ਜਐਫਸੀ ਐਫਏ ਨਹੀਂ ਤੇ ਬਾਕੀ ਸਾਰੇ ਜਨਾਬ ਦੀ ਅ میٹرਿਕ ਥਲੇ ਥਲੀਆਂ ਨੇ ਅਮਲਾ ਜਿੰਨੇ ਵੀ ਇਹ ਫੋਲਟਰੀ ਜਿਹੜੇ ਮੈਂ ਜਿੰਨਾ ਜਾਣਨਾ ਬਹੁਤ ਘੱਟ ਲੋਕ ਜਿਹੜੇ ਪੜੇ ਲਿਖੇ ਨੇ ਥੋੜ੍ਹ ਜੈ ਤੇ ਇਹ ਜਿਹੜਾ ਅਮਲਾ ਹੁੰਦਾ ਨਾ ਅਮਲਾ ਅਗਰ ਪੜਿਆ ਲਿਖਿਆ ਹੋਵੇ ਨਾ ਤਾਂ ਸੁਪਰਵਾਈਜ਼ਰ ਨਹੀਂ ਮੌਜ ਹੁੰਦੀਏ ਮਾਲਿਕ ਨੂੰ ਹੀ ਵਰਕਰ ਨੂੰ ਸਾਰੇ ਮੌਜ ਹੁੰਦੀਏ ਸਾਰੇ ਪੜੇ ਲਿਖੇ ਨੇ ਇੱਕ ਦਮ ਸਮਝਾ ਦੇ ਦੂਸਰੀ ਦਫਾ ਸਮਝਾਉਣ ਦੀ ਲੋੜ ਨਹੀਂ ਜਿਹੜਾ ਅਨਪੜਾ ਆਵੰਦੇ ਨੇ ਐਸੇ ਐਸੇ ਅਨਪੜਾਾਂ ਨੂੰ ਉਹਨੂੰ ਸਮਝਾ ਸਮਝਾ ਕੇ ਬੰਦਾ ਪਾਗਲ ਹੋਵੰਦੈ ਕੋਈ ਸਮਝ ਨਹੀਂ ਬੰਦਾ ਅਖੀਰ ਆਖਦਾ ਭਾਈ ਜੀ ਇਹ ਮਿਹਰਬਾਨੀ ਤੂੰ ਕਰ ਜਾ ਤੇ ਕੁਝ ਐਸੇ ਵਰਕਰ ਆਵੰਦੇ ਨੇ ਜਿਹੜੇ ਪੜੇ ਲਿਖੇ ਹੁੰਦੇ ਨੇ ਜਿੰਨਾ ਸਾਰਾ ਕੁਝ ਪਤੋ ਇਹ ਯਕੀਨ ਕਰ ਲਓ ਮੈਂ ਤੁਹਾਨੂੰ 100% ਦਾਅਵਾ ਕਰਦਾ ਪਿਆ ਇਹ ਸਾਡੇ ਵਿੱਚ ਅਕਸਰ ਇਹ ਚੀਜ਼ ਪਾਈ ਜਾਂਦੀ ਏ ਤੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਉਹ ਬੰਦੇ ਨਕਾਮ ਵੀ ਹੁੰਦੇ ਨੇ ਯਾਦ ਰੱਖਿਆ ਕਰੋ ਤੇ ਕੁਝ ਵਰਕਰ ਐਸੇ ਹੁੰਦੇ ਜਿਹੜੇ ਜਿਹੜਾ ਕੰਮ ਆਖੋ ਬੰਦਾ ਬੈਠੋ ਤਾਂ ਸਾਲਾ ਨੇ ਸਾਮ ਕੰਮ ਨਹੀਂ ਕਰਦੇ ਸੁਪਰਵਾਈਜ਼ਰ ਸਾਂਗੇ ਤਾਂ ਕੰਮ ਹੀ ਨਹੀਂ ਕਰਨਾ ਬੈ ਜਾਣਾ ਮੋਬਾਈਲ ਤੇ ਇਹ ਮੋਬਾਈਲ ਦਾ ਬੜਾ ਰੋਲਾ ਏ ਯਾਰ ਅੱਜਕੱਲ ਮੈਂ ਤਾਂ ਹਰ ਜਗ੍ਹਾ ਤੱਕਿਆ ਮੋਬਾਈਲ ਤੇ ਲੈਬਰ ਚ ਨਾ ਆ ਰਹੀ ਮੋਬਾਈਲ ਚਲਾ ਰਹੀ ਏ ਮੋਬਾਈਲ ਅੱਲਾ ਦਾ ਨਾਂ ਏ ਯਾਰ ਇਹਨਾਂ ਨਾਂ ਦਿੱਤੇ ਕਰੋ ਡਿਊਟੀ ਟਾਈਮ ਇਹਨਾਂ ਨੂੰ ਡਿਊਟੀ ਦੇ ਬਾਅਦ ਆਪਣਾ ਮੋਬਾਈ दूसरा नैट वाला मोबाइल नहीं देना सादा मोबाइल बेशक कॉल करन भावें गाने सुन जिमर दे करें लेकिन नैट वाला मोबाइल किसी को अलाउ ना हो अगर हो अगर अलाउे चलाओ तो एक भाई जी मालिक हजरात सुपरवाइजर हजरात मेरी सारे रिक्वेस्ट है जैमर ला के शैड ला दो जैमर जैमर चलता रहा सी लेबर थोड़ी शैड कम कर सी बात है आप गाने सुन सक कोई काम न करे काफ़ी सारिया चीज़ा गौर कीत करो जी चीज़ मैं थोड़ा दसा मेरा खुद प्रैक्टीकल है इस चीज़ का ਮੇਰੀ ਸੱਚੀ ਦਾਵਾ ਕਰਸਾਂ ਵੈਂਟੀਲੇਸ਼ਨ ਜਿਹੜੀ ਇਹ ਵੈਂਟੀਲੇਸ਼ਨ ਅਕਸਰ ਜਨਾਬ ਲਈ ਤੁੱਕੇ ਵਾਲੀ ਵੈਂਟੀਲੇਸ਼ਨ ਦੀ ਤੁੱਕੇ ਵਾਲੀ ਵੈਂਟੀਲੇਸ਼ਨ ਲਾਉਣ ਦਾ ਫਾਇਦਾ ਨਹੀਂ ਆਇਆ ਅਕਸਰ ਲੋਕ ਜਨਾਬ ਤੁੱਕਾ ਲਾਈ ਰੱਖਦੇ ਨੇ ਵੈਂਟੀਲੇਸ਼ਨ ਤੇ ਦੋ ਪੱਖੇ ਮੈਨ ਵਾਲੇ ਕੱਟ ਹੋ ਇਸ ਤਰ੍ਹਾਂ ਕੰਟਰੋਲਰ ਦੇ ਬਾਰੇ ਤੁਹਾਨੂੰ ਸਾਰਾ ਕੁਝ ਮੈਂ ਦੱਸਿਆ ਹੁਣ ਸ਼ੁਰੂ ਕਰਦੇ ਚਾਹਦੇ ਆ ਆਪਣੇ ਟਾਪਿਕ ਤੇ ਤਰਫ ਆਨੇ ਜਿਹੜਾ ਭਾਈ ਜੀ ਪੂਰਾ ਮੈਨੂੰ ਦੱਸਿਆ ਸੀ ਭਾਈ ਜੀ ਪੂਰਾ ਜਿਹੜਾ ਨਾ ਪੂਰਾ ਇਹ ਮੈਕਸਿਮਮ ਜਿਹੜਾ ਨਾ ਇਹ 2 ਤੋਂ 2.5 ਇੰਚ ਛੋਣਾ ਚਾਹੀਦਾ ਕਮਸ ਕਮ ਸਰਦੀਆਂ ਦੇ ਅੰਦਰ ਸਰਦੀਆਂ ਦੇ ਵਿੱਚ 2 ਤੋਂ 2.5 ਇੰਚ ਪੂਰਾ ਪਾਓ ਔਰ ਗਰਮੀਆਂ ਦੇ ਵਿੱਚ 1.5 ਤੋਂ 2 ਇੰਚ ਪਾਓ ਸਰੀ ਬੂਰਾ ਇਸ ਵਜੂਹਾਤ ਮੈਂ ਤੁਹਾਨੂੰ ਦੱਸ ਦੇਣਾ ਕਿ ਜਿੱਤਰਾ ਬੂਰਾ ਤੁਸੀਂ ਗਰਮੀਆਂ ਥੋੜਾ ਜਿਹਾ ਘਟੋ ਜੀ ਸਾਡੇ ਇਹ ਗਰਮੀਆਂ ਦੇ ਵਿੱਚ ਖਾਸ ਕਰ ਸੌਣ ਬਦਰੂ ਅਲ ਫਲਾਗ ਦੇ ਵਿੱਚ ਇਸ ਮੌਸਮ 'ਚ ਬੂਰਾ ਥੋੜਾ ਗਿਲ ਹੁੰਦਾ ਹੈ ਮੈਂ ਤੁਹਾਨੂੰ ਬੂਰਾ ਆਪਣਾ ਚੈੱਕ ਕਰਾ ਰਿਹਾ ਨਾਲ ਇਸ ਵਾਸਤੇ ਬੂਰਾ ਚੈੱਕ ਕਰੋ ਮਾਸ਼ਾਅੱਲਾ ਕਿਹੋ ਜਿਹਾ ਬੂਰਾ ਪਿਆ ਜ਼ਬਰਦਸਤ ਬੂਰਾ ਹੈ ਔਰ ਬੂਰਾ ਸੁੱਕਾ ਰੱਖਣਾ ਚਾਹੀਦਾ ਹੈ ਜਿਹੜਾ ਬੂਰਾ ਘੱਟ ਹੁੰਦਾ ਨਾ ਤੇ ਗਰਮੀ ਅ ਸਰਦੀਆਂ ਦੇ ਬੂਰਾ ਘੱਟ ਹੁੰਦਾ ਚੂੜਾ ਬਿਠ ਕੇ ਜ਼ਿਆਦਾ ਕਰਦਾ ਹੈ ਪਾਣੀ ਦੀ ਪੇਸਟਿੰਗ ਵਾਲੀ ਵਿਟ ਕੀਤੀ ਲੋਸ ਡ੍ਰਾਪਿੰਗ ਹੋਈ ਹੋਊਰਾ ਪਰ ਹੋਏ ਤੇ ਬੂਰਾ ਗਿੱਲਾ ਹੁੰਦਾ ਨੇ ਇਹ ਯਾਦ ਰੱਖਿਆ ਕਰੋ ਬੂਰਾ ਗਿੱਲਾ ਹੁੰਦਾ तकरीबन 90% ਫਾਰਮਰ ਦਾ ਬੂਰਾ ਗਿੱਲਾ ਹੋ ਜਾਂਦਾ ਹੈ ਤੇ ਬੂਰਾ ਇਸ ਵਾਸਤੇ ਮੈਂ ਕਿ ਬੂਰੇ ਤੇ ਨਾ ਇੱਕ ਵੀਡੀਓ ਲਾਈ ਹੋਈ ਹੈ ਪਿੱਛੇ ਉਹ ਜਿਹੜੀ ਹੈ ਪੂਰਾ ਤੁਹਾਡਾ ਘਰ ਤੋਂ ਲੈ ਕੇ ਜ਼ਿਆਦਾ ਕਿਲੋਂ ਦਾ ਉਸ ਵਾਸਤੇ ਕਿਤਲੇ ਪਾਣਾ ਚਾਹੀਦਾ ਹੈ ਮੈਂ ਉਹ ਵੀਡੀਓ ਕੇ ਪਿੱਛੇ ਗਿਆ ਲਾ ਦਿੱਤੀ ਵੀ ਤੁਸੀਂ ਚੈੱਕ ਕਰ ਲੈਣਾ ਪਿੱਛੇ ਬੈਕਗਰਾਉਂਡ ਦੇ ਵਿੱਚ ਵੀਡੀਓ ਤੁਹਾਨੂੰ ਲੱਭੈਸੀ ਹੋਰ ਪੂਰਾ ਜਿਹੜਾ ਨਾ ਕਮਸ ਕਮ ਕਮਸ ਕਮ 210 220 ਮਣ ਪੂਰਾ ਲਾਜ਼ਮੀ ਪਾਇਆ ਕਰੋ ਸ਼ੈੱਡ ਦੇ ਵਿੱਚ 30000 ਦੇ ਸ਼ੈੱਡ ਦੇ ਵਿੱਚ ਸਕੁਅਰ ਫੁੱਟ ਦੇ ਵਿੱਚ ਵੀ ਜਣੀ ਉਹ ਬੰਦੇ ਦੀ ਕੈਲਕੂਲੇਸ਼ਨ ਆ ਯਾਰ ਸਨ ਸਕੁਅਰ ਫੁੱਟ ਦੇ ਵਿੱਚ 10 ਸਕੁਅਰ ਫੁੱਟ ਭਾਈ ਜਣ ਤੁਸੀਂ ਕੱਢਣੀ ਹੁੰਦੀ ਮੈਂ ਤੁਹਾਨੂੰ ਆਪ ਦੱਸ ਦੇਣਾ ਤੁਹਾਡਾ ਸ਼ਰਟ ਜਨ ਨਾਲ 50 ਫੁੱਟ ਦਾ ਚੌੜਾ ਜ਼ਰਬੇ ਜਨਾਬ ਲੰਬਾਈ ਹੈ ਜੀ 452 ਫੁੱਟ ਠੀਕ ਹੋ ਗਏ ਇਹ ਤੁਹਾਡਾ ਆ ਗਿਆ ਜੀ 21000 ਅ ਸੌਰੀ ਹਾਂ 21250 ਸਕਰ ਫੁੱਟ ਆ ਗਿਆ 21250 ਫੁੱਟ ਆ ਗਿਆ ਜੀ ਤੋ ਤਕਸੀਮ ਕਰ ਲਓ ਸਭ 200 ਮਣ ਨੂੰ ਹੁਣ 200 ਮਣ ਦੇ ਤੁਸੀਂ ਕਿਲੋ ਬਣਾ ਲਓ ਤੋ ਤਕਰੀਬਨ ਕਿਲੋ ਜਾ ਕੇ ਮੇਰੇ ਆਖਣੇ ਫੁਟੇਜ ਕੋਸੀ ਜਾਂ ਹੋਰ ਕਮ ਵੀ ਐ ਸੀਓਸੀ ਲੇਕਰ ਮੇਰਾ ਕੈਲਕੂਲੇਟਰ ਨਹੀਂ ਹੈ ਮੇਰੇ ਕੋਲ ਮੈਂ ਤੁਹਾਨੂੰ ਮਜ਼ੀਦ ਦੱਸ ਦਿੰਦਾ ਇਸ ਬਾਰੇ ਵੀ बुरा खासकर जरा पैड एरिया सर्दी हो वे जा गर्मी हो जा बुरा एक्सट्रा सट्टया करो पैड एरिया क्योंकि उत्तर बुरा सर्दियाँ चूज हवा घट फिर थल्यों से गर्मिया नमी आंधी है पैड एरिया और चूजा थोड़ा इस तरह बना चाहिए जिस तरह पिछले साडा बैठा मैं वेट करा रहा विजिट करा रहा हाँ इस तरह के तौर तो चीज़ समझ आए चूजे का तो माहौल किस तरह होना चाहिए चूजा किट्ठा ना हो पाए और शैड के अंदर तुम तो सफेद जी लाजमी कराई करो यार दो तीन फलाकों बाद लाजमी सफेदी कोशिश करो हर फुलाक नहीं दे, तो नहीं कर सकते तो तीन चार फलाकों बाद लाजमी सफेदी करो चूने की ताकि कोई वायरस शायरस हो तो थोड़ा ख़त्म रहा है चूने भी यह भी बड़ा काम करता चूना भी तो लाइटिंग का प्रॉपर निज़ाम रखे करो लाइटिंग की वीडियो भी इन मैं थोड़ा पाई हुई पीछे वीडियो थाना तो नज़र आ जाती पिछले चैक कर लो लाइट वास्ते लाइट कितने टाइम ऑफ करनी कितने टाइम ऑन करनी है फीड के बारे भी एक बंद सवाल से वो भीडियो पा दीती है ਆ ਜਾਣੇ ਜਨਰਲ ਸੋ ਆਪਣੇ ਦੂਸਰੇ ਟਾਪਿਕ ਤਰ੍ਹਾਂ ਪੱਖਿਆਂ ਦਾ ਕੈਲਕੂਲੇਸ਼ਨ ਬਾਈ ਜਨ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਪੱਖਿਆਂ ਦੀ ਕੈਲਕੂਲੇਸ਼ਨ ਮੇਰੇ ਵਾਲੀ ਨਹੀਂ ਕਰਨੀ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਕਿਉਂਕਿ ਆਪਣੇ ਪੱਖਿਆਂ ਦਾ ਸਰਕਲ ਚੈੱਕ ਕਰਕੇ ਵੈਲੋਸਟੀ ਚੈੱਕ ਕਰਕੇ ਥਰੋ ਬਾਈ ਇਹ ਇੱਕ ਮਿੰਟ ਦੇ ਵਿੱਚ ਕਿੰਨੇ ਚੱਕਰ ਹਨ ਕਿੰਨੇ ਪੌਂਡ ਹਵਾ ਖਾਰਜ ਕਰਦਾ ਹੈ ਇਸ ਬਾਰੇ ਮਾਲੂਮਾਤ ਤੁਹਾਨੂੰ ਹੋਵੇ ਤਾਂ ਫਿਰ ਇਹ ਕਰਨਾ ਹੈ ਨਹੀਂ ਤਾਂ ਨਹੀਂ ਕਰਨੀ ਕਿਉਂਕਿ ਫਿਰ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਵਾਂ ਤੁਹਾਡੀ ਹੋਰ ਚੀਜ਼ ਉਹ ਫਿਰ ਤੁਸੀਂ ਮੈਨੂੰ ਕੱਲ ਨੂੰ ਗਿਲਾ ਦੇਵੋ ਇਸ ਵਾਸਤੇ ਮੈਂ ਤੁਹਾਨੂੰ ਆਪਣੀ ਚੀਜ਼ ਦੇ ਮੁਤਲਕ ਦੱਸਾਂਗਾ ਜਿਹੜੀ ਚੀਜ਼ ਮੇਰੇ ਕੋਲੇ ਆਗਰੇ ਛੋਣੀ ਚੀਜ਼ ਆਲ ਓਵਰ ਓਕੇ ਹਨ ਤਾਂ ਫਿਰ ਤੁਹਾਡਾ ਕੰਮ ਇੱਕ ਕੰਮ ਚੱਲ ਜਾਂਦਾ ਹੈ ਸਭ ਤੋਂ ਪਹਿਲੇ ਪੱਖਿਆਂ ਦਾ ਜਿਹੜੇ ਬਟਰਫਲਾਈ ਹਨ ਉਹ ਲਾਜ਼ਮੀ ਹੋਣੇ ਚਾਹੀਦੇ ਚਾਹੇ ਸਰਦੀ ਹੋਵੇ ਗਰਮੀ ਹੋ ਲੱਗੇ ਹੋਣੇ ਚਾਹੀਦੇ ਤੁਹਾਡੇ ਅਗਰ ਜਿੰਨਾਂ ਦੇ ਅੰਦਰ ਗਰੇਲੇ ਤਾਂ ਗ੍ਰਿੱਲ ਲੱਗੀ ਹੋਣੀ ਚਾਹੀਦੀ ਤਾਂ ਕਿ ਹਵਾ ਬਾਹਰੋਂ ਪੱਖੇ ਨਾ ਛਕਣ ਅਤੇ ਪੱਖਿਆਂ ਦੇ ਬੈਡ ਤੁਹਾਡੇ ਹਰ ਗਰਮੀਆਂ ਦੇ ਵਿੱਚ ਦੋ ਸੀਜ਼ਨ ਤਿੰਨ ਸੀਜ਼ਨ ਚੱਲ ਜਾਂਦੇ ਨੇ ਲੇਕਿਨ ਮੇਰੇ ਜਿਹੜੇ ਪੱਖੇ ਚੱਲੇ ਖਲੇ ਨੇ ਨਨ ਤੱਕ ਨੌ ਸਾਲਾਂ ਬਾਅਦ ਮੈਂ ਪੱਖਿਆਂ ਦੇ ਬੈਲਟ ਚੇਂਜ ਕੀਤੇ ਨੌ ਸਾਲਾਂ ਬਾਅਦ ਪੱਖਿਆਂ ਦੇ ਪਹਿਲੀ ਦਫਾ ਬੈਲਟ ਚੇਂਜ ਕੀਤੇ ਸਿਰਫ ਕਿਵੇਂ ਓਵਰਹਾਲਿੰਗ ਠੀਕ ਰੱਖੀ ਉਹਦੀ ਪ੍ਰੋਪਰ ਨਿਜ਼ਾਮ ਰੱਖਿਆ ਉਹਦੀ ਹਰ ਚੀਜ਼ A to Z ਰੱਖੀ ਜਾਲੀ ਲਾ ਕੇ ਗ੍ਰਿਲ ਸ਼ਟਰ ਉਹਨਾਂ ਨੇ ਯਾਨੀ ਕਿ ਗ੍ਰੀਸ ਵਗੈਰਾ ਸਾਰਾ ਕੁਝ ਕਰ ਹੀ ਰੱਖ ਦਿਆ ਤੇ ਪੱਖਿਆਂ ਦਾ ਸਭ ਤੋਂ ਪਹਿਲੇ ਬਟਰਫਲਾਈ ਹੋਣਾ ਚਾਹੀਦਾ ਓਕੇ ਔਰ ਸੂਲਾ ਜਿਹੜੀ ਸੜੀ ਮੋਟਰ ਹੈ ਉਹ ਵੈਣ ਨਹੀਂ ਹੋਣੀ ਚਾਹੀਦੀ ਇਹ ਮੋਟਰ ਤੁਹਾਡੀ ਵੈਂਡਿੰਗ ਹੋਈ ਹੋਈ ਹੈ ਤਾਂ ਫਿਰ ਉਹਦੀ ਕਪੈਸਿਟੀ ਘਟ ਜਾਂਦੀ ਹੈ ਯਾਦ ਰੱਖਿਆ ਹੈ ਅਗਰ ਤੁਹਾਡੀ ਮੋਟਰ ਦੀ ਅਗੇ ਉਸਲੇ ਚੱਕਰ ਹੈ 2800 ਤਾਂ ਉਹ 2600 ਚੱਕਰ ਹੁੰਦੇ ਨੇ ਠੀਕ ਹੈ ਅਗਰ 1400 ਹੈ ਤਾਂ ਉਹ 1200 ਚੱਕਰਾਂ ਤੇ ਆ ਜਾਸੀ ਜਿਹੜੀ ਮੋਟਰ ਵੈਂਡਿੰਗ ਹੁੰਦੀ ਹੈ ਜਿਹੜੀ ਮੋਟਰ ਖੁੱਲ ਵੈਂਦੀ ਹੈ ਜਦੀ ਵੈਂਡਿੰਗ ਹੁੰਦੀ ਹੈ ਵੈਂਡਿੰਗ ਤੋਂ ਮੁਰਾਦ ਕਾਫੀ ਸਰਦੋ ਸਮਝਣੇ ਇਹ ਨਹੀਂ ਸਮਝਣਾ ਵੈਂਡਿੰਗ ਬੇਅਰਿੰਗ ਉਸੇ ਪਾਇਓ ਹੈ ਨਹੀਂ ਵੈਂਡਿੰਗ ਜਿਹੜੀ ਚ ਕੋਇਲ ਹੁੰਦੀ ਉਹ ਜੀ ਉਹ ਨਵੀਂ ਜਿਹੜੇ ਸੜਕੀ ਤੇ ਨਵੀਂ ਕੋਇਲ ਤੇ ਕੋ ਚੱਕਰ ਘਾਟ ਰਹੇ ਕਿਉਂਕਿ ਜਿਹੜੇ ਸਾਡੇ ਕੋਲ ਵਾਰਡਿੰਗ ਕਰਦੇ ਜਿੰਨੇ ਵੀ ਇਲੈਕਟ੍ਰੀਸ਼ੀਅਨ ਹਨ ਮੇਰਾ ਭਰਾ ਐਨ ਸਾਰੇ ਦੋਸਤਾਂ ਪਤਾ ਹੈ ਕਿ ਇਹ ਗੇਜ ਘਟ ਕਰ ਲੈਂਦੇ ਚੱਕਰ ਉਹਨੇ ਕਰ ਲੈਂਦੇ ਗੇਜ ਘਟ ਕਰਨ ਜਿਸ ਉਦੋਂ ਜਿਹੜਾ ਸਪੀਡ ਥੋੜੀ ਕਮ ਹੋਵਦੀ ਹੈ ਜੈਨੀਆਂ ਸਪੀਡ ਤੇ ਨਹੀਂ ਬਰਕਰਾਰ ਆਉਂਦੀ ਔਰ ਉਸ ਇਲਾਵਾ ਉਹ ਜਿਹੜੀਆਂ ਪੱਖੀਆਂ ਜਿਹੜੀਆਂ ਪੁੱਲੀਆਂ ਤੁਹਾਡੀਆਂ ਦੋ ਪੁੱਲੀਆਂ ਦੋਨੇ ਪੁੱਲੀਆਂ ਵੀ ਤੁਹਾਡੀਆਂ ਓਕੇ ਹੋਣੀਆਂ ਚਾਹੀਦੀਆਂ ਪੁੱਲੀਆਂ ਇਸਰੋਂ ਓਕੇ ਹਨ ਕਿ ਉਹਨਾਂ ਨੂੰ ਬਿਲਕੁਲ صاف نہ ਹੋਈ ਉਹਨਾਂ ਤੇ ਲਹਿਰਾਉਂ ਵਨ ਥੋੜੀਆਂ ਥੋੜੀਆਂ ਜਹਰੀਆਂ ਜਿਹਨੂੰ ਆਖਿਆ ਜਾਂਦਾ ਜਹਰੀਆਂ لازمی ਉਸੇ ਤਾਂ ਥੋੜੇ ਪੱਖੇ ਦੀ ਸਪੀਡ ਬਿਹਤਰੀਨ ਹੋਸੀ ਉਸ ਇਲਾਵਾ ਪੱਖਿਆਂ ਦਾ ਤੁਹਾਡਾ ਬੈਲੈਂਸ ਹੋਣਾ ਚਾਹੀਦਾ ਹੈ ਪੱਖੇ ਦਾ ਬੈਲੈਂਸ لازمی ਇਸ ਸਪੀਡ ਵਾਸਤੇ ਅਗਰ ਤੁਹਾਡੇ ਪੱਖੇ ਦਾ ਬੈਲੈਂਸ ਨਹੀਂ ਹੈ ਤਾਂ ਤੁਹਾਡਾ ਥਰੋ ਘਟੋਸੀ ਤੁਸੀਂ ਪਰੇਸ਼ਾਨ ਹੋਸੋ ਤੁਹਾਡੀ ਛਿਕਾਈ ਘਟੋਸੀ ਹਵਾ ਦੀ ਤੇ ਇਸ ਵਾਸਤੇ ਇਹ ਚੀਜ਼ ਸਾਰੀਆਂ ਛੋਟੀਆਂ ਛੋਟੀਆਂ ਕਾਊਂਟ ਕਰਸੋ ਤਾਂ ਹੀ ਥੋੜੀ ਪੱਖਿਆਂ ਦੀ ਕਪੈਸਿਟੀ ਜਿਹੜੀ ਨਾ ਉਹ ਕਲੀਅਰ ਹੋਸੀ ਪੱਖਿਆਂ ਦੀ ਕਪੈਸਿਟੀ ਹੁਣ ਇੱਕ ਪੱਖਾ ਜਨਾਬ ਤੁਹਾਡਾ ਅੱਜ ਪੱਖਾ ਜਨਾਬ ਪਹਿਲਾ ਫਾਈਨ ਹੈ ਤੁਹਾਡਾ ਕੋਈ ਵੀ ਪਹਿਲੇ ਦਿਨ ਤੁਸੀਂ ਚੂਜ਼ਨ ਪੱਖਾ ਲਾਣਾ ਹੈ ਔਰ ਪੱਖੇ ਲਾਣ ਦਾ ਤਰੀਕਾ ਕਰ ਇਹ ਕਿ ਭਾਈ ਜਾਨ ਜਿਹੜਾ ਪੱਖਾ ਵੀ ਤੁਸੀਂ ਲਾਣਾ ਹੈ ਫਰਕ ਤੁਹਾਡਾ ਅੱਜ ਚੂਜ਼ਾ ਜਨਾਬ ਲਈ 26 ਦਿਨ ਜਾਂ 30 ਦਿਨ ਦਾ ਫਰਕ 30 ਦਿਨ ਦਾ ਚੂਜ਼ਾ 30 ਦਿਨ ਦਾ ਤੁਹਾਡਾ ਚੂਜ਼ਾ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡਾ ਟੈਂਪਰੇਚਰ ਡੇਲੀ ਕਿੰਨਾ ਡਾਊਨ ਹੋਣਾ ਹੈ ਡੇਲੀ ਟੈਂਪਰੇਚਰ 18.2 ਦੇ ਸਾਬ ਨਾਲ ਡਾਊਨ 60 ਤੋਂ 300 ਸਦਾਂ 300 3 3 9 9 ਡਿਗਰੀ ਕਰ ਤੋ ਚਲੇ ਜਨਾਬ 9 ਕਾ ਲਵੋ ਤੇ ਇਹ ਪੰਜੀਆਂ ਤੇ ਪੱਖਾ ਤੁਹਾਡੇ ਜਿਹੜੀ ਪੰਜੀ ਤੁਹਾਡੇ ਨਹੀਂ ਆ ਸਕਦਾ ਸਰਦੀਆਂ ਦੇ 26 ਤੋਂ ਸਾਰਾ ਅਕਸਰ ਪੰਜੀ ਰੱਖ ਸਕਦੇ ਪਹਿਲਾ ਪੱਕਾ ਤੁਹਾਡੇ ਪੰਜੀ ਇਹ ਦੂਸਰਾ ਪੰਜੀ 5 ਲਾਓ ਤੀਸਰਾ 26 ਲਾਓ ਚੌਥਾ ਇਸ ਤਰ੍ਹਾਂ ਪੱਖੇ ਲਾਓ ਠੀਕ ਹੈ ਅਰ ਇਸਲਾ ਪੱਖੇ ਨੀ ਕੈਲਕੂਲੇਸ਼ਨ ਅੱਗੇ ਆ ਗਿਆ ਟਾਈਮਰ ਹਵਾ ਕਿਸ ਹਿਸਾਬ ਨਾਲ ਦੇ ਹਵਾ ਬਾਈ ਜੀ ਤੇ ਕਾਫੀ ਸਾਰੇ ਕੁਲੀਆ ਪਹਿਲਾ ਕੋਈ ਬਾਡੀ weight ਦੇ ਹਿਸਾਬ ਨਾਲ ਵੈਂਟੀਲੇਸ਼ਨ ਦਿੰਦਾ ਲੇਕਿਨ ਬੈਸਟ ਬਾਡੀ weight ਦੇ ਹਿਸਾਬ ਨਾਲ ਏ और उसके अलावा कोई जनाबली वैसे पॉइंट के हिसाब से पहले हफ्ते में वन पॉइंट सिफर इशारिया वन पॉइंट आवाज चाहिए थी फी चूजे न ठीक है पहले पक्षे सिफर इशारी वन पॉइंट आवाज़ चाहिए थी तो इस आवाज़ देने जनाब पता के करना है सिफर इशारिया दूसरा हफ्ता फर्क थोड़ा चल रहा है इन्हें तो सिफर इशारिया 2 ਪੜਨ ਲਵਾਦੇ 130 ਹਫਤੇ 0.13 ਨਾਲ 4 ਚੌਥੇ ਨਾਲ 5 ਪੰਜ ਨਾਲ 6 ਛੇ ਨਾਲ 7 ਸੱਤ ਨਾਲ 8 ਅੱਠ ਨਾਲ 9 ਨੌ ਨਾਲ ਯਾਨੀ ਕਿ ਜਿੰਨੇ ਹਫਤੇ ਹੁੰਦੇ ਉਦੋਂ ਹੀ ਹਵਾ ਉਸ ਤੋਂ ਜ਼ਿਆਦਾ ਇਹਨੂੰ ਦਿੰਦਾ ਬਣਾ ਫਰਕ ਤੁਹਾਡਾ ਪੱਖਾ ਜਨਾਬੀ ਅੱਜ ਸਰਦੀਆਂ ਦਾ ਮੌਸਮ ਹੈ ਗਰਮੀਆਂ ਚ ਚੱਲ ਜਾਂਦਾ ਸਰਦੀਆਂ ਗਰਮੀਆਂ ਚ ਟੱਰ ਨਾਲ ਲਵਾ ਆਉਂਦੀ ਤੁਹਾਨੂੰ ਪਤਾ ਲੱਗਣਾ ਤੁਹਾਨੂੰ ਪੱਖੇ ਦਾ ਟਾਈਮਰ ਲਾਣਾ ਹੈ ਸਾਡਾ ਚੂਜ਼ਾ ਜਨਾਬੀ 15 ਦਿਨ ਦਾ 15 ਦਿਨ ਦਾ ਛੋੜਾ ਚੂਜ਼ਾ ਹੈ 2 ਹਫਤੇ ਦਾ ਯਾਨੀ ਚੂਜ਼ਾ ਤੁਹਾਡਾ इन तो सर रोजाना दे दो हफ्त के चूजे से कैलकुलेशन बना वास्तवी यहाँ कुलिया कर सो अपना हवा दा सिफ़र इशारिया दो जरबे थोड़ा चूजा जनाब ली त्री हज़ार चूजे नाल जरब दे ली है बराबर है तकसीम वैसे उस तक़सीम तकसीमें पखे की कपैसिटी करनी है थोड़े पक्षे की कपैसिटी कितनी है तुम पता होना मेरे पक्षे की कपैसिटी वी हज़ार है ठीक है तो यह मैं भी हज़ार कर दे सिफर इशारिया तीन ਇਸ 0.3 ਤੁਹਾਡੇ ਕੋਲ ਆ ਵੈਸੀ ਤੁਸੀਂ ਆਦੇ ਸਾਡਾ ਪੱਖਾ 37 ਮਿੰਟ ਬਾਅਦ ਚੱਲੇ ਕਿਤੇ ਮੇਰਾ 2 ਮਿੰਟ ਬਾਅਦ ਚੱਲੇ ਜ਼ਰਬੇ ਨੂੰ 2 ਮਿੰਟ ਤੇ 120 ਸੈਕਿੰਡ ਹੋ ਗਿਆ 120 ਸੈਕਿੰਡ ਬਾਅਦ 36 ਸੈਕਿੰਡ ਤੁਹਾਡਾ ਪੱਖਾ ਚੱਲ ਸੀ ਠੀਕ ਹੈ ਇਹ 20 ਆਪਣਾ ਪੱਖਾ ਤੁਹਾਡਾ ਕਿਤਨਾ ਚੱਲ ਸੀ 2 ਮਿੰਟ ਬਾਅਦ 36 ਸੈਕਿੰਡ ਢਾਈ ਮਿੰਟ ਦਾ ਪੱਖੇ ਦਾ ਸਰਕਲ ਆ ਵੈਸੀ ਢਾਈ ਮਿੰਟ ਦਾ ਬਣਾਉਣਾ ਕਰ 2 ਮਿੰਟ ਦਾ ਬਣਾਉਣਾ 2 ਮਿੰਟ ਦਾ ਬਣਾ ਲਓ ਮਿੰਟ ਦਾ ਬਣਾਉਣਾ ਸਰਕਲ ਉਹ ਕੁਝ ਹੋਰ ਵੀਡੀਓ ਦੇ ਇਨਸ਼ਾਅੱਲਾ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਬ 2 ਮਿੰਟ ਦਾ ਸਰਕਲ ਬਣਾਉਣਾ 3 ਦਾ ਬਣਾਉਣਾ हूँ था पखा जलसी एक पखा चलसी चालीस सैकेंड चलसी, चलसी फर्क है दो मिनट बाद ठीक है बई हज़ार कपैसिटी है तुम्हें वन पॉइंट ना हवा कर लिया तै पॉइंट करनी चार पॉइंट मुख्त कैटागरी कर सकते हो लेकिन मेन मकसद ये तुम जी हवा है ना उसू देनी चाहिए हवा लाजमी देव पहले हफ्ते दूसरे हफ्ते हवा दे रहे हो सिफर इशारिया दो हजार बेत हज़ार थोड़ा चूज है ठीक है ਇਹ ਆ ਗਿਆ ਜਨਾਬ ਉਸ ਬਤੂ ਤੋਂ ਪੱਖੇਨ ਤਕਸੀਮ ਕਰ ਲੈਣਾ ਜਿਤਨੀ ਤੁਹਾਡੀ ਪੱਕੇ ਦੀ ਕੈਪੈਸਿਟੀ ਹੈ 20000 ਹੈ ਫਰਕ ਕਰ ਤਾਂ 20000 ਹੀ ਕਰ ਲਓ ਤੁਸੀਂ ਇਹ ਕਰ ਲਓ ਉਸ ਬਤੂ ਜ਼ਰਬ ਕਰ ਲਓ ਤੁਸੀਂ ਮਿੰਟ ਮਿੰਟ ਤੇ ਸੈਕਿੰਡ ਬਣਾਉਣ ਨੇ 2 ਮਿੰਟ ਕਰਨੇ ਤੇ ਸੈਕਿੰਡ 3 ਮਿੰਟ ਕਰਨੇ ਸੈਕਿੰਡ 3 ਮਿੰਟ 3 ਮਿੰਟ ਤੇ ਸੈਕਿੰਡ ਕਿੰਨਾ ਮਰਸੀ ਜ਼ਰਬੇ 180 ਕਰ ਲਓ ਇਹ 180 ਤੁਸੀਂ ਕਰ ਸਕੋ ਤਾਂ ਤੁਹਾਡੇ ਜਨਾਬ 54 ਸੈਕਿੰਡ ਪੱਖਾ ਆਵੇ ਸੀ 54 ਸੈਕਿੰਡ 3 ਮਿੰਟ ਬਾਅਦ ਪੱਖਾ ਆਵੇ ਸੀ ਕਿਉਂਕਿ ਇਹ ਕੈਲਕੂਲੇਸ਼ਨ ਇੱਕ ਮੈਂ ਤੁਹਾਨੂੰ ਹੋਰ ਦੱਸ ਦਵਾਂ ਹੁਣ ਜਿਹੜੇ ਜਿਤਨੇ ਵੀ ਕੰਟਰੋਲਰ ਆਏ ਨੇ 10 ਸੈਕਿੰ 10 ਤੋਂ 10 20 30 ਲੱਗਦਾ ਹੁਣ ਤੁਸੀਂ ਇਹਦੇ 54 ਆ ਗਿਆ ਤਾਂ ਤੁਸੀਂ ਟਾਈਮ ਥੋੜੇ ਹੋਰ ਵਧਾ ਲਓ 54 ਕਰ ਲਿਆ ਯਾਨੀ 73 ਮਿੰਟ ਕਰ ਲਓ 2.5 ਮਿੰਟ ਕਰ ਅਪ ਡਾਊਨ 5 ਕਰ ਲਓ ਜਾਂ 6 ਤੁਸੀਂ ਕਰ ਲਓ 6 ਕਰੇ ਸੋ ਤੁਹਾਡਾ ਟਾਈਮਰ ਅਪ ਡਾਊਨ ਉੱਤੇ ਹੋ ਵੈਸੀ ਉਮੀਦ ਹੈ ਸਾਡੀ ਜਿਹੜੀ ਵੀਡੀਓ ਦੀ ਤੁਹਾਨੂੰ ਸਮਝ ਆਂਦੀ ਰਹਦੀ ਏ ਅਗਰ ਨਾ ਕਿਸੇ ਭਾਈ ਨੂੰ ਸਮਝ ਆਵੇ ਤਾਂ ਮਜ਼ੀਦ ਜਨਾਬੀ ਸਾਨੂੰ ਕਮੈਂਟਸ ਕਰਕੇ ਦੱਸ ਦਿਓ ਸਾਡਾ WhatsApp ਜਿਹੜਾ ਨੰਬਰ ਏ ਡਿਸਕ੍ਰਿਪਸ਼ਨ ਵਿੱਚ ਮੌਜੂਦ ਏ ਤੁਸੀਂ ਡਿਸਕ੍ਰਿਪਸ਼ਨ ਸਾਡੀ ਪ੍ਰੋਫਾਈਲ ਖੋਲ੍ਹ ਸੋ ਜਿੱਥੋਂ ਸਾਡਾ ਨੰਬਰ ਲਾਵੇਸੀ ਤੁਸੀਂ ਚੈੱਕ ਕਰ ਸਕਦੇ ਹੋ ਔਰ ਇੱਕ ਭਾਈ ਦਾ ਪ੍ਰੋਗਰਾਮ ਸੀ ਸਾਨੂੰ ਦਾ ਸਵਾਲ ਆਇਆ ਸੀ ਕਿ ਯਾਰ ਫੀਡ ਜਿਹੜੀ ਬਣਾਣੀ ਇਹਦਾ ਕੁਲੀਆ ਵੀ ਬਾਈ ਜੀ ਦੱਸ ਦਿਓ ਫੀਡ ਦਾ ਕੁਲੀਆ ਬਾਈ ਜੀ ਤੁਹਾਨੂੰ ਇਹ ਸਭ ਬੰਦਿਆਂ ਨੂੰ ਪਤਾ ਜਿਹਨਾਂ ਨਹੀਂ ਪਤਾ ਸੋਨਾ ਵਾਸੀ ਦਾ ਫੀਡ 4 ਗ੍ਰਾਮ ਦੇ 4.5 ਗ੍ਰਾਮ ਦਾ 4.5 ਜ਼ਰਬੇ ਤੁਹਾਡਾ ਚੂਜ਼ਾ ਅੱਜ 10 ਦਿਨ ਦਾ ਠੀਕ ਹੈ 10 ਜ਼ਰਬੇ 10 ਦਿਨ ਕਰ ਦਿਓ ਜੀ ਇਹ ਆ ਗਿਆ ਜੀ ਬਰਾਬਰ ਆ ਜਾ ਸੀ 45 ਗ੍ਰਾਮ ਤੁਹਾਡੀ ਇੱਕ ਦਿਨ ਦੀ ਚੂਜ਼ਾ ਜ਼ਰਬਾ ਚੂਜ਼ਾ ਤੁਹਾਡਾ 3000 ज रुपये त्री हज़ार करे तो सो तो ग्रामीड आकसीम ग्रामा चे किलो कर लो तकसीमा करे सौ इतने हज़ार करे सो हजार तक करे सो तेरह सौ किलो थोड़ी फीड आ वैसी ठीक है इधर तो फीड तकसीम कर लो दूसरा बोरिया बोरी थोड़ी पंजा किलो दी या चाली किलो दी पंजा किलो की बोरी है फीड तकसीमें पंजा कर सौ तो थोड़ी फीड निकला से जी सताई बैग 27 ਬੈਗ ਤੁਹਾਡੀ ਫੀਡ ਹੈ ਤਾਂ ਇਹਨੂੰ ਤੁਸੀਂ ਦੋ ਹਿੱਸਿਆਂ ਚਲਾਵਣਾ ਹੈ ਜਾਂ ਚਾਰ ਹਿੱਸਿਆਂ ਚਲਾਵਣਾ ਹੈ ਉਹ ਅੱਗੇ ਤੁਹਾਨੂੰ ਇਹਦੇ ਵਿੱਚ ਚਾਹੂ ਹਿੱਸਾ ਚ ਕਰਨਾ ਹੈ ਦੋ ਹਿੱਸੇ ਚ ਕਰਨਾ ਹੈ ਅਗਰ ਦੋ ਹਿੱਸੇ ਚ ਕਰਨ ਤਾਂ ਤਕਸੀਮੇ ਦੋ ਕਰ ਲਓ ਤੇ ਇਹ ਤੁਹਾਡੀਆਂ ਸਾਢੇ 13 ਬੋਰੀਆਂ ਇੱਕ ਟਾਈਮ ਦੀ ਫੀਡ ਚੱਲ ਸੀ ਅਗਰ ਤੁਸੀਂ ਇਹਨਾਂ 27 ਬੋਰੀਆਂ ਤੁਸੀਂ ਚਾਰ ਤਕਸੀਮ ਚਾਰ ਟਾਈਮ ਚ ਲੈਣਦੇ ਹੋ ਤਾਂ 27 ਤਕਸੀਮ ਚਾਰ ਕਰ ਲਓ ਤੇ ਇਹ ਤੁਹਾਡੀਆਂ 6 ਬੋਰੀਆਂ ਤੇ 6 ਯਾਨੀ 70 ਕਿਲੋ oh sorry 6.75 ਤੁਹਾਡੇ ਇੱਕ ਟਾਈਮ ਦੀ ਆਵੇ ਯਾਨੀ ਸਵਾ 6 ਬੋਰੀਆਂ ਆਵੇ ਸੇ ता, सब तो, तो, तो सब अच्छे तो तुम आप तकसीम करो सब अच्छे चला लो याद चला लो उसमें अगर बाइन छोटा चूजा है उसका कु बना तो सेम यही कुलिया तो चूजा घाट रख लो चूजा यानी घाट कर लो तो फीड यही चार शरीफ नाल बाद फीड देंद रख्या याद रखे जी नाल जो लोग ग्राम नाल फीड देंद चूजा अक्सर अठाई दिन के बाद जाके फीड पर खड़ जाता है फिर मालिक पिटता यार शरा चूजा फीड नहीं खाता पहले बड़ी खांद रहा इस तरह वह फीड खाने का कुलिया मैं वीडियो बनाई हुई वो पिछले तो ला फीड क्यों नहीं अठाई दिन तो बाद चूजा फीड खाँता किस वास्ते फीड अठाई दिन तो जाके फीड छता है थोड़ा चूजा खड़ जाता है वजूहत के वे मालिक ठीक होता है सुपरवाइजर भी ठीक होता हर बंद अपनी जगह ठीक लेकिन फाल्ट के लेकिन फाल्ट दो गरण नहीं लगता फीड तो क्यों पिछले चूजा सट गया इस वास्तव फीड तो हटता चूजा बाई मैं वीडियो बना के यूट्यूब लाई हो उम्मीद समझ आ गई वीडियो इन शडियो अगर अच्छी लगती है ਤੁਹਾਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਨਾ